द पोस्ट मेल चैनल दे मैं सचवीर कराई वाला तुहाडा स्वागत करदा अबोर दी किन्नू मंडी तो लाइव किन्नू मंडी दा हाल विखाउणे आ ते बोली भी शायद हो रही है एक जगह ते देखदे आ की रेट किन्नू दा। वीडियो नूं वध तों वध शेयर जरूर करो जिन्हां ने पेज नूं फॉलो नहीं किया। हर रोज़ असीं अपने दोस्तों नूं अपील करदे आ कि दोस्तों फॉलो करो पेज नूं। जिन्होंने हले तक पेज फॉलो नहीं किया वो पेज नूं फॉलो जरूर करो। अज किन्नू घट लग रहा दोस्तों देख रहे हो तुसी अबोर दी किन्नू मंडी लाइव। एक बोली हो रही सी ते तुहानू दिखाती है वेखो किवें पैक हो रहा किन्नू क्रेटा दे विच पाया जा रहा ते अगे गड्डियां च लोड किया जा रहा। बोली नहीं लग रही जिथे जिथे लग रही है आ देखो किहड़े तरीके नाल जो किन्नू नू पैक कर रहे बहुत वधिया तरीके नाल। जे चमकना जा जी आ दसो जी आप मतलब आ क्यों पा रहे है जी आ चीज आ चमकनी जी ये क्यों पा रहे है अच्छा कितने लेके जा रहे हो तुसी बठिंडे लेके जा रहे हो। देखो ये उपर जो एक लड़िया जी जिमें रंगीन है वो खिलार रहे उपर की वधिया जो पैक हो जूगा वधिया लगूगा। थोड़ा 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 पा दे स्टिकर भी लगाओ। किन्नू दा जो कह सकी है कि शिंगार कर रहे ने भी किन्नू का जो शिंगार हो रहा है क्योंकि आप देखो इस तरह ये रंगीन
ਕਿੰਨੂਆਂ ਦੇ ਜੋ ਕ੍ਰੇਟ ਹੈ ਉਹਨਾਂ ਦੇ ਉੱਪਰ ਪਾਇਆ ਜਾ ਰਿਹਾ, ਪੈਕ ਕੀਤਾ ਜਾ ਰਿਹਾ ਕਿੰਨੂ ਨੂੰ ਅਤੇ ਬਠਿੰਡੇ ਲੈ ਕੇ ਜਾਇਆ ਜਾ ਰਿਹਾ। ਦੋਸਤੋ ਸ਼ਿੰਗਾਰ ਰਹੇ ਆ ਕਿੰਨੂ ਨੂੰ, ਆ ਵੇਖੋ ਇੱਧਰ ਵੀ ਕਿੰਨੂ ਨੂੰ ਸ਼ਿੰਗਾਰ ਰਹੇ ਆ ਬਾਈ ਹਰੀ, ਆ ਵੇਖੋ ਬਾਲਾ ਜੀ ਦੁਕਾਨ ਤੇ ਨਾ 15 ਗੇਟ ਲੈ ਜਾ ਜੀ, ਹਾਂ ਉਹ ਐਡ ਕਰਦੇ ਬਹੁਤੇ 15 ਗੇਟ ਲੈ ਜਾ, 15 ਗੇਟ ਕਰਦੇ ਪੰਜਾਬੀ ਭਾਸ਼ਾ ਚ ਕਹਿ ਦਈਏ ਵੀ ਸ਼ਿੰਗਾਰ ਕਿੰਨੂ ਦਾ ਕੀਤਾ ਜਾ ਰਿਹਾ। ਅਬੋਹਰ ਦੀ ਕਿੰਨੂ ਮੰਡੀ ਤੋਂ ਲਾਈਵ ਤੁਸੀਂ ਦੇਖ ਰਹੇ ਹੋ, ਅਸੀਂ ਹਰ ਰੋਜ਼ ਆਪਣੇ ਦੋਸਤਾਂ ਨੂੰ ਅਪੀਲ ਕਰਦੇ ਹਾਂ ਕਿ ਦੋਸਤੋ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਵੱਧ ਤੋਂ ਵੱਧ, ਤਾਂ ਜੋ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਅਸੀਂ ਅਪੀਲ ਕਰਦੇ ਹਾਂ ਆਪਣੇ ਦੋਸਤਾਂ ਨੂੰ ਫਿਰ ਕਿ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਆਪਣਾ ਪੇਜ ਫੋਲੋ ਨਹੀਂ ਕੀਤਾ ਉਹ ਪੇਜ ਨੂੰ ਜ਼ਰੂਰ ਫੋਲੋ ਕਰੋ ਅਤੇ ਅੱਗੇ ਵੀ ਫੋਲੋ ਕਰਾਓ। ₹25 ਬਾਈਆਂ ਦਾ ਕਿੰਨੂ ਇਹ ਵੇਚਦਾ ਅਤੇ ਅੱਗੇ ਵੀ ਵੇਹਣੇ ਆ, ਕੀ ਮਾਹੌਲ ਹੈ ਅੱਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰੋ ਅਤੇ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕੀਤਾ ਉਹ ਆਪਣੇ ਪੇਜ ਨੂੰ ਫੋਲੋ ਕਰੋ। ਆ ਦੇਖੋ ਇਸ ਤਰ੍ਹਾਂ ਇਹ ਦਿੱਲੀ ਜਾਂ ਹੋਰ ਸਟੇਟ 'ਚ ਕਿੰਨੂ ਹੈ ਜੋ ਲੈ ਕੇ ਜਾਣਗੇ ਇਸ ਤਰ੍ਹਾਂ ਭਰ ਕੇ, ਜੋ ਟਰੱਕ ਹੈ ਕੈਂਟਰ ਉਹ ਭਰਿਆ ਜਾ ਰਿਹਾ ਇੱਥੋਂ ਖਰੀਦ ਕੇ ਅਤੇ ਅੱਗੇ ਅਦਰ ਸਟੇਟ ਪੰਜਾਬ ਤੋਂ ਅੱਗੇ ਲਿਜਾਇਆ ਜਾ ਰਿਹਾ। ਜਿਹੜਾ ਕਿੰਨੂ ਪੰਜਾਬ 'ਚ ਲੈ ਕੇ ਜਾਂਦੇ ਉਹਨਾਂ ਨੂੰ ਤਾਂ ਕਰੇਟਾਂ 'ਚ ਹੀ ਲੈ ਜਾਂਦੇ ਆ ਅਤੇ ਜਿਹੜਾ ਕਿੰਨੂ ਬਾਹਰ ਅਦਰ ਸਟੇਟ 'ਚ ਜਿੱਥੇ 2-3 ਦਿਨ ਲੱਗਦੇ ਆ ਉੱਥੇ ਲੈ ਕੇ ਜਾਣਾ ਹੁੰਦਾ, ਉੱਥੇ ਇਸ ਤਰ੍ਹਾਂ ਥੱਲੇ ਪਰਾਲੀ ਪਾ ਕੇ ਅਤੇ ਉੱਪਰ ਕਿੰਨੂ ਜੋ ਭਰ ਲਿਆ ਜਾਂਦਾ ਇਸ ਤਰ੍ਹਾਂ। ਅਬੋਹਰ ਦੀ ਕਿੰਨੂ ਮੰਡੀ ਤੋਂ ਲਾਈਵ ਦੇਖ ਰਹੇ ਹੋ ਤੁਸੀਂ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਕਮੈਂਟ ਜਿਨ੍ਹਾਂ ਦੋਸਤਾਂ ਨੇ ਆਪਣਾ ਪੇਜ ਫੋਲੋ ਨਹੀਂ ਕੀਤਾ ਉਹ ਪੇਜ ਫੋਲੋ ਕਰੋ ਅਤੇ ਅੱਗੇ ਜੋ ਫੋਲੋ ਕਰਵਾਓ ਤਾਂ ਜੋ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ₹30 ਪੂਰਾ ਟਰਾਲਾ ਜੀ, ₹30 ਪੂਰਾ ਟਰਾਲਾ ਭੇਜਾਂ, ₹23 ਦੜਾ ਮਾਲਾ ਦੜਾ, ₹30 ਦੜਾ ਮਾਲਾ ਦੜਾ, ਦੜਾ ਜਾ ਰਿਹਾ ਦੜਾ ₹30 ਜੀ, ਹਾਂਜੀ ₹23 ਵਿਕ ਰਿਹਾ ਜੀ ਸਾਰਾ ₹23 ਜੀ, ਕਹਿੰਦਾ ਅਸੀਂ ਲਾਵਾਂਗੇ ਸਾਨੂੰ ਵੀ ਲਾਓ ਕੁਰਸੀ ਕੁਰਸੀ ਮੰਗਾ ਫਿਰ ਬਿਠਾ ਉਹਨੇ ਨੂੰ ₹23 ਜੀ, ਲਾ ਲੈ ਯਾਰ ਆਪਾਂ ਤਾਂ ਮਨਾ ਨਹੀਂ ਕੀਤਾ ਭਰਾਵਾ ₹23 ਜੀ, 870 ਗ੍ਰੇਡ ਮੇਂ ਤੇ 130 ਵਿਕ ਰਿਹਾ ਜੀ, ਹਾਂ ਕਿੱਥੋਂ ਆਇਆ ₹23 ਭਾਈ ਜੀ, ਕੋਈ ਵਪਾਰੀ ਦਾ ਸ਼੍ਰੀਨਗਰ ਦੇ ਵਪਾਰੀ ਦਾ ਅੱਗੇ ਆਰਡਰ ਜਵਾਨ ਖਿੱਚੋ
ਜਿੰਨੀ ਕ੍ਰੈਡਿਟ ਕਿੰਨੀ ਹੈ ਬੈਲੈਂਸ ਕਿੰਨੀ 130 868 ਮਾਈਨਸ 130 732 ਹੋ ਗਏ ਇਹ ਦੇਖੀਏ ਜੀ ਸਾਢੇ 700 ਕ੍ਰੈਡਿਟ ਦੀ ਆਵਾਜ਼ ਤੋਂ ਕੋਈ ਦਿੱਕਤ ਨਹੀਂ ਹੈ ਹਾਂਜੀ 23 ਰੁਪਏ ਬਈ768 ਕਰੇਟ 23 ਪੂਰਾ ਟਰੱਕ ਜੋ ਟਰਾਲਾ ਭਰ ਕੇ ਆਇਆ 768 ਕਰੇਟ ਅਤੇ 23 ਰੁਪਏ ਜੋ ਇਹਦਾ ਰੇਟ ਲੱਗ ਰਿਹਾ 23 ਰੁਪਏ ਬਈ ਹਾਂਜੀ 23 ਰੁਪਏ ਹੋਰ ਦੀ ਕਿੰਨੂ ਮੰਡੀ ਤੋਂ ਲਾਈਵ ਤੁਸੀਂ ਦੇਖ ਰਹੇ ਹੋ ਅਤੇ ਅੱਜ ਕਿੰਨੂ ਜੋ 28 ਰੁਪਏ ਸਿਰੇ ਦਾ ਰੇਟ ਰਿਹਾ ਜੋ 28 ਰੁਪਏ ਪ੍ਰਤੀ ਕਿਲੋ ਰੇਟ ਜੋ ਹੋਰ ਦੀ ਕਿੰਨੂ ਮੰਡੀ 'ਤੇ ਰਿਹਾ ਦੁਬਾਰਾ ਤੁਹਾਨੂੰ ਫਿਰ ਦੱਸ ਦਿੰਦੇ ਹਾਂ ਕਿ 28 ਰੁਪਏ ਪ੍ਰਤੀ ਕਿਲੋ ਜੋ ਕਿੰਨੂ ਹੋਰ ਦੀ ਮੰਡੀ 'ਤੇ ਵਿਕ ਚੁੱਕਿਆ 28 ਰੁਪਏ ਪ੍ਰਤੀ ਕਿਲੋ ਰੰਗੀਨ ਕਿੰਨੂ ਜੋ ਹੋਰ ਦੀ ਮੰਡੀ 'ਤੇ ਵਿਕਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਮੈਂਟ ਕਰੋ ਫਿਰ ਅਸੀਂ ਅਪੀਲ ਕਰਦੇ ਹਾਂ ਆਪਣੇ ਦੋਸਤਾਂ ਨੂੰ ਕਿ ਜਿਨ੍ਹਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਪੇਜ ਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਅੱਗੇ ਤੱਕ ਆਪਣਾ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਵੇਖੋ ਕਿਵੇਂ ਬਾਈ ਚੰਨ ਚੰਨ ਕੇ ਕਿੰਨੂੰ ਜੋ ਪੈਕ ਕਰ ਰਿਹਾ ਪੂਰੀ ਵਧੀਆ ਚਨਾਈ ਕਰ ਰਿਹਾ ਬਾਈ ਕਿੰਨੂੰ ਦੀ ਹੱਥ ਬੜਾ ਤੇਜ਼ ਚਲਾਉਂਦਾ ਬਾਈ ਐਕਸਪੀਰੀਅੰਸ ਇਹਨਾਂ ਨੂੰ ਕਹਿ ਸਕਦੇ ਹਾਂ ਮੈਂ ਪੂਰਾ ਚਨਕੇ ਕਿੰਨੂ 'ਚ ਕਿੰਨੂ ਫਸਾ ਕੇ ਲਾ ਰਿਹਾ ਬਾਈ ਐਕਸਪੀਰੀਅੰਸ ਇੰਨਾ ਹੋਇਆ ਪਿਆ ਬਾਈ ਨੂੰ ਕਿ ਇਹਨੂੰ ਪਤਾ ਵੀ ਇੱਥੇ ਆਹ ਕਿੰਨੂੰ ਲੱਗੂਗਾ ਅਤੇ ਇੱਥੇ ਆਹ ਕਿੰਨੂੰ ਲੱਗੂਗਾ ਵੇਖੋ ਕਿ ਆਹ ਪੂਰਾ ਵਧੀਆ ਤਰੀਕੇ ਨਾਲ ਜੋ ਕਿੰਨੂੰ ਪੈਕ ਕਰ ਰਿਹਾ ਬਾਈ ਚੰਨ ਚੰਨ ਕੇ ਇਹ ਕਿੱਥੇ ਜਾਣਾ ਜੀ ਕਿੰਨੂੰ ਜਾਏਗਾ ਜੀ ਭਰਤਪੁਰ ਕੋਲ ਭਰਤਪੁਰ ਆਗਰਾ ਕਿੱਥੇ ਆਗਰਾ ਆਗਰੇ ਦੇ ਕੋਲ ਹੀ ਆ ਜੀ ਇੱਥੇ ਇਹ ਕਿੰਨੂ ਜੋ ਬਾਈ ਪੈਕ ਕਰ ਰਿਹਾ ਇਹ ਭਰਤਪੁਰ ਆਗਰੇ ਦੇ ਕੋਲ ਇਹ ਕਿੰਨੂ ਜੋ ਮਤਲਬ ਉੱਥੋਂ ਦੇ ਵਪਾਰੀ ਨੇ ਖਰੀਦਿਆ ਕਹਿ ਸਕਦੇ ਹਾਂ ਵਧੀਆ ਤਰੀਕੇ ਨਾਲ ਬਾਈ ਪੈਕ ਕਰ ਰਿਹਾ ਵੇਖੋ ਇਸ ਇੱਧਰਲੇ ਪਾਸੇ ਜੋ ਪੈਕ ਕੀਤਾ ਹੋਇਆ ਇੱਧਰਲੇ ਪਾਸੇ ਪੈਕ ਅਜੇ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਮੈਂਟ ਕਰੋ ਤਾਂ ਜੋ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਫੋਲੋ ਕਰੋ ਆਪਣੇ ਪੇਜ ਨੂੰ ਜਿਨ੍ਹਾਂ ਦੋਸਤਾਂ ਨੇ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜ਼ਰੂਰ ਕਰੋ ਅਤੇ ਫੋਲੋ ਅੱਗੇ ਵੀ ਕਰਵਾਓ ਤਾਂ ਜੋ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਤੁਸੀਂ ਦਾ ਪੋਸਟ ਮੇਲ ਚੈਨਲ ਦੀ ਫੈਮਿਲੀ ਹੋ ਸਾਰੇ ਅਤੇ ਵੱਧ ਤੋਂ ਵੱਧ ਫੋਲੋ ਜੋ ਕਰਵਾਓ ਹਰ ਰੋਜ਼ ਅਸੀਂ ਇਹੀ ਅਪੀਲ ਕਰਦੇ ਹਾਂ ਦੋਸਤਾਂ ਨੂੰ ਕਿ ਦੋਸਤੋ ਪੇਜ ਨੂੰ ਫੋਲੋ ਕਰਾਓ ਫੋਲੋ ਕਰੋ ਪੇਜ ਨੂੰ ਫੋਲੋ ਕਰਵਾਓ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਸਾਢੇ ਤੇਈ ਰੁਪਏ
दोस्तों अबोर की किन्नू मंडी तो लाइव तुम देख रहे हो तो 28 रुपये जो किन्नू रंगीन है वह विक चुके 28 रुपये प्रति किलो वो किन्नू है वो विक चुके एक किन्नू गोली जो कह देंगे तो एक जो जूस दे काम लिया जाता इस टाइम अबोर की किन्नू मंडी तो लाइव देख रहे हो तुम वध तो वध वीडियो में शेयर जरूर करो कमेंट करो जिन्हें दोस्तों ने हले तक अपना पेज फॉलो नहीं किया वो अपने पेज में जरूर फॉलो करो अगे अपने दोस्तों मित्रों फॉलो करवाओ ता जो हर एक अपडेट थोड़े तक पहुँच सके दोबारा फिर तुम दस दें कि 28 रुपये प्रति किलो अज किन्नू जो अबोर की मंडी से बिक चुका 28 रुपये प्रति किलो जिन्हें दोस्तों ने हले तक अपना पेज फॉलो नहीं किया वो पेज में फॉलो जरूर करो हर रोज़ आप दोस्तों यही अपील करते हैं तुम कि वो तो वह अपने पेज में फॉलो करो तो अगे अपने दोस्तों मित्रों फॉलो करवाओ ता जो हर एक अपडेट थोड़े तक पहुँच सके धन्यवाद।